ਸਾਲ ਦੀ ਆਮਦ ਤੇ ਜਿੱਥੇ ਲੁਧਿਆਣਾ ਵਾਸੀਆਂ ਵੱਲੋਂ ਥਾਂ ਥਾਂ ਤੇ ਜਸ਼ਨ ਅਤੇ ਖੁਸ਼ੀਆਂ ਮਨਾਈਆਂ ਗਈਆਂ, ਉੱਥੇ ਹੀ ਦੇਰ ਰਾਤ ਤੱਕ ਚੱਲਣ ਵਾਲੀਆਂ ਪਾਰਟੀਆਂ ਅਤੇ ਸ਼ੋਰ ਸ਼ਰਾਬੇ ਨੂੰ ਪੁਲਿਸ ਦੀ ਚੈਕਿੰਗ ਦਾ ਵੀ ਸਾਹਮਣਾ ਕਰਨਾ ਪਿਆ। ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਪੁਲਿਸ ਨੇ ਆਪਣਾ ਸ਼ਿਕੰਜਾ ਕੱਸਿਆ, ਜਿਸ ਦੇ ਚਲਦਿਆਂ ਲੋਕਾਂ ਦੀ ਪੁਲਿਸ ਨਾਲ ਬਹਿਸਾ ਬਹਿਸੀ ਵੀ ਹੋਈ। ਅਸੀਂ ਜਿਹੜੇ ਵੀ ਇਸ ਵਿਸਿਨਿਟੀ ਵਿੱਚ ਰੈਸਟੋਰੈਂਟ ਜਾਂ ਬਾਰ ਸੀਗੇ ਜਿਹੜੇ ਚੱਲ ਰਹੇ ਸੀਗੇ ਗਵਰਨਮੈਂਟ ਦੇ ਟਾਈਮ ਤੋਂ ਬਾਅਦ, ਸਭ ਦੇ ਰੇਟਸ ਕੀਤੀਆਂ, ਸਾਰੇ ਬੰਦ ਕਰਾਤੇ ਨੇ, ਅਤੇ ਜਿੱਥੇ ਲੱਗਿਆ ਉੱਥੇ ਅਪਰੋਪਰੀਏਟ ਐਕਸ਼ਨ ਵੀ ਲਿੱਤਾ। ਅਤੇ ਅਸੀਂ ਇਹੀ ਅਰਜ਼ੀ ਕਰਦੇ ਹਾਂ ਕਿ ਅਗਰ ਕਿਸੇ ਨੂੰ ਹਲੇ ਵੀ ਲੱਗਦਾ ਹੈ ਕਿ ਕਿਤੇ ਮਿਊਜ਼ਿਕ ਚੱਲ ਰਿਹਾ ਹੈ, ਕੁਛ ਅਨਆਥੋਰਾਈਜ਼ਡ ਐਕਟੀਵਿਟੀ ਹੋ ਰਹੀ ਹੈ, ਤਾਂ ਪਲੀਜ਼ ਪੁਲਿਸ ਕੰਟਰੋਲ ਰੂਮ 'ਤੇ ਦੱਸੋ, ਇਨਫੋਰਮ ਕਰੋ, ਤਾਂ ਕਿ ਅਸੀਂ ਉੱਥੇ ਵੀ ਐਕਸ਼ਨ ਲਈਏ। ਆਮ ਦਿਨਾਂ 'ਚ ਦੇਖਿਆ ਜਾਂਦਾ ਸਰ, ਇਹ ਤਾਂ ਚਲੋ ਕੱਚੀ ਰੂਮ ਸੀ, ਉੱਦਾਂ ਵੀ ਸਰ 2-2 ਵਜੇ ਤੱਕ ਪੱਬ ਖੁੱਲ੍ਹੇ ਰਹਿੰਦੇ ਸਰ, ਇਹਦਾ ਤੁਸੀਂ ਇਹਦੇ ਬਾਰੇ ਕੀ ਕਹੋਗੇ? ਬਿਲਕੁਲ ਵੀ ਬਿਲਕੁਲ ਇਲੀਗਲ ਹੈ ਅਤੇ ਅਲਾਊਡ ਨਹੀਂ ਹੈ। ਜੇ ਕੋਈ ਅਜਿਹੇ ਬੰਦੇ ਤੁਹਾਨੂੰ ਪਤਾ ਹੈ ਕਿ ਕਰਦੇ ਨੇ, ਉਹਨਾਂ 'ਤੇ ਐਕਸ਼ਨ ਲਓ। ਅਸੀਂ ਫਿਲਹਾਲ ਵੀ ਥੋੜ੍ਹੇ ਟਾਈਮ ਪਹਿਲਾਂ ਵੀ ਪਰਚੇ ਦਿੱਤੇ ਆ ਅਤੇ ਐਫ ਆਈ ਆਰਜ਼ ਰਜਿਸਟਰ ਕੀਤੀਆਂ, ਅਤੇ ਫਿਰ ਵੀ ਐਕਸ਼ਨ ਲਵਾਂਗੇ ਅਗਰ ਕੋਈ ਸਾਡੇ ਨੋਟਿਸ ਵਿੱਚ ਅਜਿਹੀ ਗੱਲ ਆਈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।